बर्तन पर पत्थर मेला लगता बाबे खड़ा हाथी पहली असू नू लै के बहुत भरा मेला होंगे बहुत कलाकार आते हैं बड़िया शबीला लगती है सुबह तो लेके शाम तक किसी चीज की जोर नहीं देते कृपा करो मो जीवा तेरी का कृपा करो मो आज पहर साला आज तू हे थो विसार को ख्याल करी झूठा लागे मन मन तन पर पत्थर झूठा लागे मन मन तन पर पत्थर जीवा तेरी बाप कृपा करो मो जीवा तेरी बाप कृपा करो मो आज पहर साला जिस स्थान ते असी बैठे हुए हैं ये बाबा रूखड़दास जी की जगह है इनू गुरदाणा साहब कहते बाबा रूखड़दास जी बारे ये सोभा छोटे होंगे बिहार के रहने वाले सन इन पत्तो हीरा सिंह का एक जोड़ा जिन्हों के इलाज नहीं वो लैके आया से इन्हों पर आपकी मनमर्जी करते सन रिद्धियां सिद्धियां के मार सन पहला तो ये उन्होंने आखे कट लगते सन उन्होंने कहा भी जे तुम साढ़े आखे नहीं लगना कहने नहीं चलना तो फिर जाओ तुम जिधर मर्जी जा लो असी तो आपके बालकों वागू पालन में लैके आए हैं कि वड्डे होके साडी सेवा करोगे पर तुसी तो होर गल्लां करते हो रब नाल जुड़न वालियां गल्लां करते सन बाबा रूखड़दास पहला तो है तो उतो चल पे छोटी उम्र के आके जिधर तो मूँह होया इत आ गए सिख अकलों के इतने प्रेमदास का डेरा ही उत्थे आ गए बार बार पिंड दे ते बाबा रूखड़दास प्रेमदास दे जगह दे विच आ के छोटे होंदिया तो ये रेंदे नगन अवस्था दे विच सन बाबा प्रेमदास इन्हां नूं गजा करन भेजदा सी पर पिंड दे लोक नगन अवस्था विच होण करके इन्हां नूं बुर थोड़ा बुरा समझदे सन इस करके पिंड दे सियाणे लोकां ने कहा कि बाबा जी तुसीं बाबा जी नूं नगन अवस्था विच ना भेजा करो तो प्रेमदास ने कहा कि मैं कहूँगा इन्हों तुसी ना कहो ये पता नहीं कि हो जा बोल कर देन इन्ने शक्ति दे मालक है कि इन्होंने जिहड़ा बोल करता वो सच्चा हो जाता है उन्होंने प्रेमदास ने बाबा रूखड़दास नूं कहा कि बाबा रूखड़दास तू इस तरह करके नगन अवस्था दे विच पिंड दे विच ना जाया कर क्योंकि धियां पैणा वाला पिंड है इस करके बाबा जी ने उत्थे एक बोरा पिया सी वड्डा बोरा ਉਹੀ ਕੱਟ ਕੇ ਗਲ ਦੇ ਵਿੱਚ ਪਾ ਲਿਆ ਅਤੇ ਉਹਨਾਂ ਨੂੰ ਕਹਿਣ ਲੱਗਾ ਕਿ ਹੁਣ ਠੀਕ ਹੈ ਉਹ ਆਦੇ ਠੀਕ ਹੈ ਜਿਵੇਂ ਤੇਰੀ ਮਰਜ਼ੀ ਹੈ ਇੱਕ ਦਿਨ ਗਜਾ ਕਰਦਿਆਂ ਕਰਦਿਆਂ ਮਾਈ ਮਿਲੀ ਮਾਈ ਨੇ ਕਿਹਾ ਵੀ ਬਾਬਾ ਜੀ ਤੁਸੀਂ ਇਸ ਤਰ੍ਹਾਂ ਨਹੀਂ ਚੰਗੇ ਲੱਗਦੇ ਤੁਸੀਂ ਤਾਂ ਇੱਕ ਬਾਗ ਦੇ ਵਿੱਚ ਚੰਗੇ ਲੱਗਦੇ ਬਾਗ ਫੁਲਕਾਰੀ ਜਿਹਨੂੰ ਕਹਿੰਦੇ ਆ ਬਾਗ ਫੁਲਕਾਰੀ ਦੇ ਵਿੱਚ ਸਾਧੂ ਸੰਤ ਚੰਗੇ ਲੱਗਦੇ ਉਹ ਆਦਾ ਚੰਗਾ ਮਾਈ ਮੈਂ ਇੱਥੇ ਹੀ ਖੜਾ ਤੂੰ ਬਰਖਾ ਵੀ ਲਿਆ ਦੇ ਅਤੇ ਉਹ ਮਾਈ ਨੇ ਫੁਲਕਾਰੀ ਦੀ ਕੀਤੀ ਉਹਨਾਂ ਨੂੰ ਇਹਨਾਂ ਨੇ ਵਰ ਦਿੱਤਾ ਕਿ ਸਦਾ ਹੀ ਤੇਰੇ ਘਰ ਫੁਲਕਾਰੀਆਂ ਦੇ ਢੇਰ ਲੱਗੀ ਰਹਿਣਗੇ ਹੁਣੇ ਵੀ ਆ ਮੌਜੂਦ ਹੈ ਕਿ ਉਸ ਘਰ ਦੇ ਵਿੱਚ ਫੁਲਕਾਰੀਆਂ ਹੀ ਫੁਲਕਾਰੀਆਂ ਮਿਲਦੀਆਂ ਹਨ ਉਹ ਇਹ ਪਿੰਡ ਸੇਖ ਆਕਲਾਂ ਦੇ ਵਿੱਚ ਹੈ ਜੀ ਹੁਣ ਵੀ ਇਹ ਘਰ ਇਹ ਜਦੋਂ ਬਾਬਾ ਪ੍ਰੇਮਦਾਸ ਜੀ ਵੱਡੀ ਉਮਰ ਦੇ ਵਿੱਚ ਹੋ ਕੇ ਚੜ੍ਹਾਈ ਕਰ ਗਏ ਤਾਂ ਇਹ ਬਾਬਾ ਰੁਖੜਦਾਸ ਜੀ ਇਹ ਦੋ ਚੇਲੇ ਸਨ ਇੱਕ ਬਾਬਾ ਰੁਖੜਦਾਸ ਜੀ ਪ੍ਰੇਮਦਾਸ ਜੀ ਦੇ ਜੇਲੇ ਸਨ ਇੱਕ ਸੰਤ ਰਾਮ ਜੀ ਬਾਬਾ ਰੂ ਪ੍ਰੇਮਦਾਸ ਦੇ ਜੇਲੇ ਸਨ ਸੰਤ ਰਾਮ ਦੀ ਝਿੜੀ ਹੋਈ ਹੈ ਛੋਟਾ ਸਿੱਖਾ ਇੱਥੇ ਨਾਲ ਹੀ ਪਿੰਡ ਹੈ ਇੱਕ ਵਾਰ ਬਾਬਾ ਰੁਖੜਦਾਸ ਜੀ ਨੇ ਕਿਹਾ ਕਿ ਆਪਾਂ ਆਪਣੇ ਗੁਰੂ ਪ੍ਰੇਮਦਾਸ ਦਾ ਭੰਡਾਰਾ ਕਰੀਏ ਵੱਡਾ ਤਾਂ ਸੰਤ ਰਾਮ ਕਹਿਣ ਲੱਗੇ ਕਿ ਆਪਣੇ ਕੋਲ ਕੁਛ ਹੈ ਹੀ ਨਹੀਂ ਆਪਾਂ ਭੰਡਾਰਾ ਕਾਹਦਾ ਕਰਾਂਗੇ ਬਾਬਾ ਰੁਖੜਦਾਸ ਜੀ ਕਹਿੰਦੇ ਮੇਰੀ ਨਹੀਂ ਵੇਖੀ ਯਾਰ ਤੂੰ ਭੰਡਾਰਾ ਤਾਂ ਕਰਾਂਗੇ ਆਪਾਂ
ਆਸੇ ਪਾਸੇ ਤੋਂ ਜਾ ਕੇ ਭੰਡਾਰੇ ਛੱਕ ਕੇ ਆਉਂਦੇ ਤੇ ਆਪਾਂ ਕਿਉਂ ਨਾ ਗੁਰੂ ਘਰ ਦਾ ਭੰਡਾਰਾ ਗੁਰੂ ਦਾ ਭੰਡਾਰਾ ਕਰਾਂਗੇ। ਇਸ ਤਰ੍ਹਾਂ ਬਾਬੇ ਨੇ ਜੋ ਵੀ ਪਿੰਡ 'ਚੋਂ ਇਕੱਠਾ ਹੋਇਆ ਉਹ ਇਕੱਠਾ ਕਰ ਲਿਆ ਅਤੇ ਭੰਡਾਰੇ ਦਾ ਦਿਨ ਬੰਨ੍ਹ ਦਿੱਤਾ। ਭੰਡਾਰੇ ਦਾ ਦਿਨ ਬੰਨਿਆ ਇਸ ਦੇ ਸੰਤਰਾਂ ਵਿਰੁੱਧ ਸੀ। ਬਾਬਾ ਰੁਖੜਦਾਸ ਜੀ ਨੇ ਆਪਦੇ ਵੱਲੋਂ ਕਿਹਾ ਕਿ ਚੰਗਾ ਜੋ ਵੀ ਬਣਿਆ ਉਹ ਖਵਾਵਾਂਗੇ। ਜਿਹੜਾ ਕੁਛ ਬਣਿਆ ਸੀ ਘਿਓ ਕੋਲ ਇਕੱਠਾ ਹੋਇਆ ਸੀ ਉਹਦੇ ਨਾਲ ਬਣਾਈ ਗਏ। ਬਾਬਾ ਰੁਖੜਦਾਸ ਕਹਿੰਦੇ ਵਰਤਾ ਹੂੰਗਾ ਮੈਂ, ਨਿਗਾਹ ਰੱਖੂੰਗਾ, ਤੁਸੀਂ ਵਰਤਾਈ ਚੱਲੋ ਰੱਖੂੰ ਨਿਗਾਹ ਮੈਂ। ਅਤੇ ਜੋ ਵੀ ਬਾਬੇ ਦੇ ਆਪ ਫੜਾਉਂਦਾ ਸੀ ਬਾਬਾ ਅੰਦਰੋਂ ਅਤੇ ਇਹ ਵਰਤਾਉਂਦੇ ਸੀ। ਸਾਰੀ ਦਿਹਾੜੀ ਭੰਡਾਰਾ ਚੱਲੀ ਗਿਆ ਅਤੇ ਕੁਛ ਖਾਣ ਪੀਣ ਨੂੰ ਨਹੀਂ ਮੁੱਕਿਆ। ਉਸ ਸਮੇਂ ਦੀ ਗੱਲ ਹੈ। ਉਸ ਤੋਂ ਬਾਅਦ ਇਹ ਪ੍ਰੇਮਦਾਸ ਨੂੰ ਕਹਿੰਦੇ ਸੰਤਰਾਮ ਨੂੰ ਆਪਣੀ ਨਹੀਂ ਬਣਨੀ ਅਤੇ ਇਸ ਕਰਕੇ ਜ਼ਿਆਦਾ ਤੂੰ ਰਹਿ ਜਾ ਮੈਂ ਰਹਿੰਦਾ। ਉਹ ਸੰਤਰਾਮ ਵੀ ਚਲਾ ਗਿਆ ਆਪਣੇ, ਉਹਨਾਂ ਨੇ ਚਿੜੀ ਜਾਣ ਕੇ ਅਤੇ ਪੁੱਛਿਆ ਕਿ ਭੰਡਾਰਾ ਕਿਹੋ ਜਿਹਾ ਹੋਇਆ ਹੈ। ਸੰਤਰਾਮ ਕਹਿੰਦਾ ਭੰਡਾਰਾ ਕਿਹੋ ਜਿਹਾ ਹੋਣਾ, ਇਹਦਾ ਭੰਡਾਰੀ ਹੀ ਕਰਤੀ ਤੂੰ ਗੁਰੂ ਆਪਣੇ ਦੀ। ਉਹ ਕਹਿੰਦਾ ਜਾ ਤੇਰੀ ਭੰਡਾਰੀ ਵੀ ਨਹੀਂ ਕਰਨੀ ਕਿਸੇ ਨੇ, ਮੈਂ ਤਾਂ ਆਪਦੇ ਗੁਰੂਦਾਸ ਦਾ ਗੁਰੂ ਦਾ ਭੰਡਾਰਾ ਕਰਿਆ ਹੈ। ਇਸ ਤਰ੍ਹਾਂ ਭੰਡਾਰੇ ਹੁੰਦੇ ਹੀ ਰਹਿਣਗੇ, ਪਰ ਤੇਰੀ ਕਿਸੇ ਨੇ ਭੰਡਾਰੀ ਵੀ ਨਹੀਂ ਕਰਨੀ। ਹੁਣ ਵੀ ਮੌਜੂਦ ਹੈ ਕਿ ਸੰਤਰਾਮ ਦੇ ਜਦੋਂ ਭੰਡਾਰਾ ਹੁੰਦਾ ਤਾਂ ਉਸ ਦੇ ਵਿੱਚ ਜੀਅ ਪੈਂਦੇ ਹੈ। ਉੱਥੇ ਇੱਥੇ ਸਦਾ ਹੀ ਮੇਲਾ ਲੱਗਦਾ ਬਾਬੇ ਰੁਖੜਦਾਸ ਦੇ। ਪਹਿਲੀ ਅੱਸੂ ਨੂੰ ਲੈ ਕੇ ਬਹੁਤ ਭਾਰਾ ਮੇਲਾ ਹੁੰਦਾ, ਬਹੁਤ ਕਲਾਕਾਰ ਆਉਂਦੇ ਹੈ, ਬੜੀਆਂ ਛਬੀਲਾਂ ਲੱਗਦੀਆਂ ਤਾਂ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਕਿਸੇ ਚੀਜ਼ ਦੀ ਤੋੜ ਨਹੀਂ ਦਿੰਦੇ। ਭੰਡਾਰੇ ਦੇ ਵਿੱਚ ਜਲੇਬੀਆਂ, ਲੱਡੂ, ਪੂਰੀਆਂ, ਛੋਲੇ, ਛਬੀਲਾਂ ਤਰ੍ਹਾਂ ਤਰ੍ਹਾਂ ਦੀਆਂ ਅਤੇ ਸਾਰੀ ਦਿਹਾੜੀ ਸ਼ਰਾਬ ਦੀ ਦੇਗ ਇੱਥੇ ਚੱਲਦੀ ਰਹਿੰਦੀ ਹੈ। ਅਤੇ ਹੁਣ ਵੀ ਲੋਕ ਬੜੀ ਸ਼ਰਧਾ ਨਾਲ ਦੂਰੋਂ ਦੂਰੋਂ ਆਉਂਦੇ ਇੱਥੇ। ਜਿਹੜਾ ਵੀ ਇੱਥੇ ਪੂਰੀ ਸ਼ਰਧਾ ਲੈ ਕੇ ਆਉਂਦਾ ਉਹਦੀ ਸ਼ਰਧਾ ਪੂਰੀ ਹੁੰਦੀ ਹੈ। ਭੰਡਾਰੇ ਵਾਲੇ ਦਿਨ ਤਾਂ ਮਾਹੌਲ ਵੇਖਣ ਵਾਲਾ ਹੀ ਹੁੰਦਾ, ਕਿਉਂਕਿ ਲੋਕ ਕੈਂਟਰ ਭਰ ਭਰ ਕੇ ਦਾਰੂ ਲੈ ਕੇ ਆਉਂਦੇ ਹੈ। ਦਾਰੂ ਕਦੇ ਨਹੀਂ ਮੁੱਕਦੀ ਇੱਥੇ, ਬਹੁਤ ਦਾਰੂ। ਊਂ ਤਾਂ ਮੇਲਾ ਸਦਾ ਹੀ ਚੱਲਦਾ ਰਹਿੰਦਾ, ਕੋਈ ਦਿਨ ਨਹੀਂ ਵਿਹੜਾ ਹੁੰਦਾ ਜਿਹਦੇ ਮੇਲਾ ਨਾ ਚੱਲਦਾ ਹੋਵੇ, ਪਰ ਉਸ ਦਿਨ ਮੇਲਾ ਬਹੁਤ ਭਾਰੀ ਰੂਪ ਦੇ ਵਿੱਚ ਚੱਲਦਾ ਇੱਥੇ। ਅਤੇ ਇਸ ਤਰ੍ਹਾਂ ਕਰਕੇ ਜਿੰਨੀ ਬਾਬੇ ਦੀ ਸ਼ਰਧਾ ਦੂਰ ਦੂਰ ਤੱਕ ਫੈਲੀ ਹੋਈ ਹੈ ਉਹਨਾਂ ਲੋਕ ਵੱਧ ਤੋਂ ਵੱਧ ਆਈ ਜਾਂਦੇ ਹੈ। ਇੱਥੇ ਬਾਬੇ ਦੀ ਸ਼ਰਧਾ ਇੰਨੀ ਹੈ ਕਿ ਸਾਡੇ ਨੇੜੇ ਨੇੜੇ ਪਿੰਡਾਂ ਦੇ ਤਾਂ ਭਾਵੇਂ ਕਿਸੇ ਦੇ ਮੁੰਡਾ ਹੋਇਆ, ਭਾਵੇਂ ਕਿਸੇ ਦੇ ਵਿਆਹ ਹੋਇਆ, ਭਾਵੇਂ ਕਿਸੇ ਨੇ ਕੋਈ ਬੋਰਾ ਕੀਤਾ, ਨਵੀਂ ਮਸ਼ੀਨਰੀ ਰੱਖਿਆ, ਪਰ ਬਾਬੇ ਦੇ ਆ ਕੇ ਪਹਿਲਾਂ ਹਾਜ਼ਰੀ ਲਾਉਂਦਾ। ਇੱਥੋਂ ਤੱਕ ਕਿ ਬੋਤਲਾਂ ਲੈ ਕੇ ਲੋਕ ਸ਼ਾਮ ਨੂੰ ਟਰਾਲੀਆਂ ਗੱਡੀਆਂ ਜੀ ਭਰ ਭਰ ਕੇ ਸਿਰਾਂ ਦੇ ਡੱਬੇ ਚੱਕੀ ਸ਼ਰਾਬ ਦੇ ਇੱਥੇ ਹਰ ਤਰ੍ਹਾਂ ਦੀ ਆਉਂਦੇ ਹੈ ਅਤੇ ਹਰ ਤਰ੍ਹਾਂ ਦੀ ਸ਼ਰਾਬ ਕੱਢਦੀ ਹੈ ਇੱਥੇ। ਅੰਗਰੇਜ਼ੀ, ਦੇਸੀ, ਆਪਣੀ ਸਾਰਾ ਕੁਛ ਬੜੀ ਸ਼ਾਨ ਦੇ ਨਾਲ ਇੱਥੇ ਚੜ੍ਹਦਾ ਦੇਗ ਵਰਤਦੀ ਹੈ ਅਤੇ ਲੋਕ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਕਈ ਦੇਗ ਲੈਣ ਵਾਲੇ ਤੁਰੇ ਆਉਂਦੇ ਹੈ ਅਤੇ ਤੁਰੇ ਜਾਂਦੇ ਹੈ। ਇੱਥੇ ਦੇਗਾਂ ਸਦਾ ਚੱਲਦੀਆਂ ਰਹਿੰਦੀਆਂ। ਇੱਥੇ ਬਾਬੇ ਦੀ ਮਸ਼ਹੂਰੀ ਇੰਨੀ ਹੋਈ ਹੈ ਕਿ ਬਹੁਤ ਜ਼ਿਆਦਾ ਮਸ਼ਹੂਰੀ ਹੈ। ਹੋਰ ਵੀ ਗੱਲਾਂ ਬਹੁਤ ਕਰਨ ਵਾਲੀਆਂ, ਪਰ ਉਹ ਸਮਾਂ ਪਏ ਤੋਂ ਬਾਅਦ ਦੱਸਾਂਗੇ, ਕਿਉਂਕਿ ਹੁਣ ਇੰਨਾ ਟਾਈਮ ਘੱਟ ਹੈ। ਅਤੇ ਇਸ ਕਰਕੇ ਆਪਾਂ ਪੁੰਨਿਆ ਹਰ ਤਰੀ ਹਰ ਸਾਲ ਲੱਗਦੀ ਹੈ, ਹਰ ਸਾਲ ਪੁੰਨਿਆ ਦਾ ਮੇਲਾ ਭਰਦਾ ਅਤੇ ਪਰ ਅਸਲ ਭੰਡਾਰਾ ਜਿਹੜਾ ਹੁੰਦਾ ਉਹ ਇੱਕ ਅੱਸੂ ਨੂੰ ਬੰਨਿਆ। ਇਸ ਕਰਕੇ ਇੱਕ ਅੱਸੂ ਨੂੰ ਬਹੁਤ ਜ਼ਿਆਦਾ ਭੰਡਾਰਾ ਭਾਰੀ ਹੈ। ਇਸੇ ਤਰ੍ਹਾਂ ਦੀਆਂ ਨਵੀਆਂ ਵੀਡੀਓ ਵੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ।